खत्म अंकल, सब्जी मंडी खत्म। ਖੌਫਨਾਕ ਤਬਾਹੀ ਦਾ ਇਹ ਮੰਜ਼ਰ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ, ਇਹ ਕੁੱਲੂ ਦਾ ਹੈ, ਜਿੱਥੇ ਕੁੱਲੂ ਦੇ ਵਿੱਚ ਭਾਰੀ ਮੀਂਹ ਦੇ ਨਾਲ ਤਬਾਹੀ ਰੁਕਣ ਦਾ ਨਾਮ ਨਹੀਂ ਲੈ ਰਹੀ। ਹੁਣ ਅੱਖਾਂ ਦੇ ਸਾਹਮਣੇ ਹੀ ਇਹ 4 ਮੰਜ਼ਲਾ ਇਮਾਰਤ ਦੇਖਦੇ ਹੀ ਦੇਖਦੇ ਢਹਿ ਢੇਰੀ ਹੋ ਗਈ। ਲੋਕ ਇੱਥੇ ਮੌਜੂਦ ਸਨ ਤੇ ਗਨੀਮਤ ਰਹੀ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਦਰਅਸਲ ਕੁੱਲੂ ਦੀ ਪਾਰਵਤੀ ਨਦੀ ਦੇ ਵਿੱਚ ਹੜ੍ਹ ਆ ਚੁੱਕਿਆ, ਜਿਸ ਕਰਕੇ ਇਸ ਨਦੀ ਦੇ ਕੰਢੇ ਲੱਗਦੀਆਂ ਸਾਰੀਆਂ ਇਮਾਰਤਾਂ ਨੂੰ ਪਹਿਲਾਂ ਹੀ ਖਾਲੀ ਕਰਾ ਲਿਆ ਗਿਆ ਸੀ। ਸਬਜ਼ੀ ਮੰਡੀ ਭਵਨ ਦੀ ਇਸ ਇਮਾਰਤ ਨੂੰ ਵੀ ਖਾਲੀ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਹੁਣ ਪੂਰੀ ਦੀ ਪੂਰੀ ਇਮਾਰਤ ਹੀ ਤਾਸ਼ ਤੇ ਪੱਤਿਆਂ ਵਾਂਗ ਢੇਰੀ ਹੋ ਗਈ, ਮਲਬਾ ਬਣ ਗਈ। ਅਜਿਹੀਆਂ ਖੌਫਨਾਕ ਤਸਵੀਰਾਂ ਕਈ ਥਾਵਾਂ ਤੋਂ ਸਾਹਮਣੇ ਆ ਰਹੀਆਂ ਨੇ ਤੇ ਇਹ ਜਿਹੜੀ ਵੀਡੀਓ ਹੈ ਇਹ ਕੁੱਲੂ ਦੀ ਸਬਜ਼ੀ ਮੰਡੀ ਭਵਨ ਦੀ ਹੈ, ਜੋ 4 ਮੰਜ਼ਲਾ ਇਮਾਰਤ ਦੇਖਦੇ ਹੀ ਦੇਖਦੇ ਥੱਲੇ ਨੀਹਾਂ ਤੋਂ ਲੈ ਕੇ ਉੱਪਰ ਛੱਤ ਤੱਕ ਪੂਰੀ ਦੀ ਪੂਰੀ ਬਿਲਡਿੰਗ ਹੀ ਹੇਠਾਂ ਡਿੱਗ ਜਾਂਦੀ ਹੈ, ਢਹਿ ਢੇਰੀ ਹੋ ਜਾਂਦੀ ਹੈ। ਦਰਅਸਲ ਇਸ ਇਮਾਰਤ ਦੇ ਪਿਛਲੀ ਸਾਈਡ ਤੋਂ ਨਦੀ ਦਾ ਪਾਣੀ ਨਿਕਲਦਾ ਹੈ ਤੇ ਜਦੋਂ ਨਦੀ ਦੇ ਵਿੱਚ ਹੜ੍ਹ ਆਇਆ ਤਾਂ ਉਸਨੇ ਹੌਲੀ ਹੌਲੀ ਇਮਾਰਤਾਂ ਦੀਆਂ ਨੀਹਾਂ ਖੋਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਰਕੇ ਇਹ ਹਾਦਸਾ ਹੋਇਆ। ਇਸੇ ਲਈ ਅਹਤਿਆਤ ਵਰਤਦਿਆਂ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਹੀ ਇਹਨਾਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਜਾਂਦਾ ਹੈ। ਇਹ ਵੀ ਇਮਾਰਤ ਬਿਲਕੁਲ ਖਾਲੀ ਸੀ ਅਤੇ ਲੋਕ ਵੀ ਇੱਥੇ ਸਾਹਮਣੇ ਦੇਖ ਰਹੇ ਸਨ ਕਿ ਇਮਾਰਤ ਡਿੱਗਣ ਵਾਲੀ ਹੈ। ਤੁਸੀਂ ਦੇਖੋ ਕਿ ਲੋਕ ਇੱਥੇ ਮੌਜੂਦ ਨੇ ਤੇ ਉਹਨਾਂ ਦੇ ਵੀ ਹੋਸ਼ ਉੱਡ ਗਏ ਜਦੋਂ ਅੱਖਾਂ ਦੇ ਸਾਹਮਣੇ ਇਹ 4 ਮੰਜ਼ਲਾ ਇਮਾਰਤ ਪੂਰੀ ਦੀ ਪੂਰੀ ਢਹਿ ਢੇਰੀ ਹੋ ਜਾਂਦੀ ਹੈ। ਵੱਡੀ ਗੱਲ ਇਹ ਹੈ ਕਿ ਇਸ ਨਦੀ ਦੇ ਕੰਢੇ ਤੇ ਹੋਰ ਵੀ ਕਈ ਇਮਾਰਤਾਂ ਨੇ ਜਿਨ੍ਹਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਖਾਲੀ ਕਰਵਾਇਆ ਜਾ ਰਿਹਾ ਹੈ। ਹੁਣ ਇਹ ਢਹਿ ਢੇਰੀ ਹੋਈ ਇਮਾਰਤ ਵੀ ਪਹਿਲਾਂ ਹੀ ਖਾਲੀ ਹੋ ਚੁੱਕੀ ਸੀ, ਨਹੀਂ ਤਾਂ ਇੱਥੇ ਵੱਡਾ ਨੁਕਸਾਨ ਹੋ ਸਕਦਾ ਸੀ। ਕਈ ਥਾਵਾਂ ਤੇ ਅਜਿਹੇ ਹਾਲਾਤ ਬਣੇ ਹੋਏ ਨੇ ਕਿ ਮਕਾਨ ਜੋ ਨਦੀਆਂ ਦੇ ਕੰਢੇ ਬੜੇ ਨੇ, ਇਮਾਰਤਾਂ ਜੋ ਨਦੀਆਂ ਦੇ ਕੰਢੇ ਤੇ ਨੇ, ਡਿੱਗਣ ਦੀ ਕਾਗਾਰ ਤੇ ਨੇ ਤੇ ਇਹ ਖਾਲੀ ਕਰਵਾਏ ਜਾ ਚੁੱਕੇ ਨੇ। ਕਦੀ ਵੀ ਇਹ ਸਾਰੇ ਮਕਾਨ ਜਿਹੜੇ ਨੇ ਇਸ ਨਦੀ ਦੇ ਵਿੱਚ ਸਮਾ ਸਕਦੇ ਨੇ। ਹੁਣ ਇਹ ਬਿਲਡਿੰਗ ਜਿਹੜੀ ਤੁਸੀਂ ਦੇਖ ਰਹੇ ਹੋ ਸਬਜ਼ੀ ਮੰਡੀ ਭਵਨ ਦੀ ਦੱਸੀ ਜਾ ਰਹੀ ਹੈ, 4 ਮੰਜ਼ਿਲਾ ਇਮਾਰਤ ਹੈ ਤੇ ਹੇਠਾਂ ਨੀਹਾਂ ਤੋਂ ਹੀ ਪੂਰੀ ਦੀ ਪੂਰੀ ਇਹ ਇਮਾਰਤ ਉਖੜ ਕੇ ਪਿੱਛੇ ਨੂੰ ਡਿੱਗ ਜਾਂਦੀ ਹੈ, ਢਹਿ ਢੇਰੀ ਹੋ ਜਾਂਦੀ ਹੈ, ਜਿਵੇਂ ਕਿਸੇ ਹਵਾ ਦੇ ਬੁੱਲੇ ਨਾਲ ਤਾਸ਼ ਦੇ ਪੱਤੇ ਨੂੰ ਸੁੱਟਿਆ ਜਾਂਦਾ ਹੈ। ਬਿਲਕੁਲ ਉਸੇ ਤਰ੍ਹਾਂ ਇਮਾਰਤ ਢਹਿ ਢੇਰੀ ਹੋਈ ਹੈ। ਹਾਲਾਂਕਿ ਲੋਕ ਇੱਥੇ ਵੀਡੀਓ ਜ਼ਰੂਰ ਬਣਾ ਰਹੇ ਸਨ ਤੇ ਗਨੀਮਤ ਇਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹੋਰ ਵੀ ਇਮਾਰਤਾਂ ਨੇ ਇੱਥੇ ਨਦੀ ਦੇ ਕੰਢੇ ਤੇ ਜਿਨ੍ਹਾਂ ਨੂੰ ਖਾਲੀ ਕਰਵਾਇਆ ਗਿਆ ਹੈ। ਖਤਮ ਅੰਕਲ, ਸਬਜ਼ੀ ਮੰਡੀ ਖਤਮ। ਖੌਫਨਾਕ ਤਬਾਹੀ ਦਾ ਇਹ ਮੰਜ਼ਰ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਕੁੱਲੂ ਦਾ ਹੈ, ਜਿੱਥੇ ਕੁੱਲੂ ਦੇ ਵਿੱਚ ਭਾਰੀ ਮੀਂਹ ਦੇ ਨਾਲ ਤਬਾਹੀ ਰੁਕਣ ਦਾ ਨਾਮ ਨਹੀਂ ਲੈ ਰਹੀ। ਹੁਣ ਅੱਖਾਂ ਦੇ ਸਾਹਮਣੇ ਹੀ ਇਹ 4 ਮੰਜ਼ਲਾ ਇਮਾਰਤ ਦੇਖਦੇ ਹੀ ਦੇਖਦੇ ਢਹਿ ਢੇਰੀ ਹੋ ਗਈ। ਲੋਕ ਇੱਥੇ ਮੌਜੂਦ ਸਨ ਤੇ ਗਨੀਮਤ ਰਹੀ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਦਰਅਸਲ ਕੁੱਲੂ ਦੀ ਪਾਰਵਤੀ ਨਦੀ ਦੇ ਵਿੱਚ ਹੜ੍ਹ ਆ ਚੁੱਕਿਆ, ਜਿਸ ਕਰਕੇ ਇਸ ਨਦੀ ਦੇ ਕੰਢੇ ਲੱਗਦੀਆਂ ਸਾਰੀਆਂ ਇਮਾਰਤਾਂ ਨੂੰ ਪਹਿਲਾਂ ਹੀ ਖਾਲੀ ਕਰਾ ਲਿਆ ਗਿਆ ਸੀ। ਸਬਜ਼ੀ ਮੰਡੀ ਭਵਨ ਦੀ ਇਸ ਇਮਾਰਤ ਨੂੰ ਵੀ ਖਾਲੀ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਹੁਣ ਪੂਰੀ ਦੀ ਪੂਰੀ ਇਮਾਰਤ ਹੀ ਤਾਸ਼ ਤੇ ਪੱਤਿਆਂ ਵਾਂਗ ਢੇਰੀ ਹੋ ਗਈ, ਮਲਬਾ ਬਣ ਗਈ। ਅਜਿਹੀਆਂ ਖੌਫਨਾਕ ਤਸਵੀਰਾਂ ਕਈ ਥਾਵਾਂ ਤੋਂ ਸਾਹਮਣੇ ਆ ਰਹੀਆਂ ਨੇ ਤੇ ਇਹ ਜਿਹੜੀ ਵੀਡੀਓ ਹੈ ਇਹ ਕੁੱਲੂ ਦੀ ਸਬਜ਼ੀ ਮੰਡੀ ਭਵਨ ਦੀ ਹੈ, ਜੋ 4 ਮੰਜ਼ਲਾ ਇਮਾਰਤ ਦੇਖਦੇ ਹੀ ਦੇਖਦੇ ਥੱਲੇ ਨੀਹਾਂ ਤੋਂ ਲੈ ਕੇ ਉੱਪਰ ਛੱਤ ਤੱਕ ਪੂਰੀ ਦੀ ਪੂਰੀ ਬਿਲਡਿੰਗ ਹੀ ਹੇਠਾਂ ਡਿੱਗ ਜਾਂਦੀ ਹੈ, ਢਹਿ ਢੇਰੀ ਹੋ ਜਾਂਦੀ ਹੈ। ਦਰਅਸਲ ਇਸ ਇਮਾਰਤ ਦੇ ਪਿਛਲੀ ਸਾਈਡ ਤੋਂ ਨਦੀ ਦਾ ਪਾਣੀ ਨਿਕਲਦਾ ਹੈ,
ਤੇ ਜਦੋਂ ਨਦੀ ਦੇ ਵਿੱਚ ਹੜ ਆਇਆ ਤੇ ਉਸਨੇ ਹੌਲੀ ਹੌਲੀ ਇਮਾਰਤਾਂ ਦੀਆਂ ਨੀਹਾਂ ਖੋੜਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਰਕੇ ਇਹ ਹਾਦਸਾ ਹੋਇਆ। ਇਸੇ ਲਈ ਅਹਤਿਆਤ ਵਰਤਿਆਂ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਹੀ ਇਹਨਾਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਜਾਂਦਾ। ਇਹ ਵੀ ਇਮਾਰਤ ਬਿਲਕੁਲ ਖਾਲੀ ਸੀ ਅਤੇ ਲੋਕ ਵੀ ਇੱਥੇ ਸਾਹਮਣੇ ਦੇਖ ਰਹੇ ਸਨ ਕਿ ਇਮਾਰਤ ਡਿੱਗਣ ਵਾਲੀ ਹੈ। ਤੁਸੀਂ ਦੇਖੋ ਕਿ ਲੋਕ ਇੱਥੇ ਮੌਜੂਦ ਨੇ ਤੇ ਉਹਨਾਂ ਦੇ ਵੀ ਹੋਸ਼ ਉੱਡ ਗਏ ਜਦੋਂ ਅੱਖਾਂ ਦੇ ਸਾਹਮਣੇ ਇਹ 4 ਮੰਜ਼ਲਾ ਇਮਾਰਤ ਪੂਰੀ ਦੀ ਪੂਰੀ ਢਹਿ ਢੇਰੀ ਹੋ ਜਾਂਦੀ ਹੈ। ਵੱਡੀ ਗੱਲ ਇਹ ਹੈ ਕਿ ਇਸ ਨਦੀ ਦੇ ਕੰਢੇ ਤੇ ਹੋਰ ਵੀ ਕਈ ਇਮਾਰਤਾਂ ਨੇ ਜਿਨ੍ਹਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਖਾਲੀ ਕਰਵਾਇਆ ਜਾ ਰਿਹਾ ਹੈ। ਹੁਣ ਇਹ ਢਹਿ ਢੇਰੀ ਹੋਈ ਇਮਾਰਤ ਵੀ ਪਹਿਲਾਂ ਹੀ ਖਾਲੀ ਹੋ ਚੁੱਕੀ ਸੀ, ਨਹੀਂ ਤਾਂ ਇੱਥੇ ਵੱਡਾ ਨੁਕਸਾਨ ਹੋ ਸਕਦਾ ਸੀ। ਕਈ ਥਾਵਾਂ ਤੇ ਅਜਿਹੇ ਹਾਲਾਤ ਬਣੇ ਹੋਏ ਨੇ ਕਿ ਮਕਾਨ ਜੋ ਨਦੀਆਂ ਦੇ ਕੰਢੇ ਬੜੇ ਨੇ, ਇਮਾਰਤਾਂ ਜੋ ਨਦੀਆਂ ਦੇ ਕੰਢੇ ਤੇ ਨੇ, ਡਿੱਗਣ ਦੀ ਕਾਗਾਰ ਤੇ ਨੇ ਤੇ ਇਹ ਖਾਲੀ ਕਰਵਾਏ ਜਾ ਚੁੱਕੇ ਨੇ। ਕਦੀ ਵੀ ਇਹ ਸਾਰੇ ਮਕਾਨ ਜਿਹੜੇ ਨੇ ਇਸ ਨਦੀ ਦੇ ਵਿੱਚ ਸਮਾ ਸਕਦੇ ਨੇ। ਹੁਣ ਇਹ ਬਿਲਡਿੰਗ ਜਿਹੜੀ ਤੁਸੀਂ ਦੇਖ ਰਹੇ ਹੋ, ਸਬਜ਼ੀ ਮੰਡੀ ਭਵਨ ਦੀ ਦੱਸੀ ਜਾ ਰਹੀ ਹੈ, 4 ਮੰਜ਼ਿਲਾ ਇਮਾਰਤ ਹੈ ਤੇ ਹੇਠਾਂ ਨੀਹਾਂ ਤੋਂ ਹੀ ਪੂਰੀ ਦੀ ਪੂਰੀ ਇਹ ਇਮਾਰਤ ਉੱਖੜ ਕੇ ਪਿੱਛੇ ਨੂੰ ਡਿੱਗ ਜਾਂਦੀ ਹੈ, ਢਹਿ ਢੇਰੀ ਹੋ ਜਾਂਦੀ ਹੈ, ਜਿਵੇਂ ਕਿਸੇ ਹਵਾ ਦੇ ਬੁੱਲੇ ਨਾਲ ਤਾਸ਼ ਦੇ ਪੱਤੇ ਨੂੰ ਸੁੱਟਿਆ ਜਾਂਦਾ ਹੈ। ਬਿਲਕੁਲ ਉਸੇ ਤਰ੍ਹਾਂ ਇਮਾਰਤ ਢਹਿ ਢੇਰੀ ਹੋਈ ਹੈ। ਹਾਲਾਂਕਿ ਲੋਕ ਇੱਥੇ ਵੀਡੀਓ ਜ਼ਰੂਰ ਬਣਾ ਰਹੇ ਸਨ ਤੇ ਗਨੀਮਤ ਇਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹੋਰ ਵੀ ਇਮਾਰਤਾਂ ਨੇ ਇੱਥੇ ਨਦੀ ਦੇ ਕੰਢੇ ਤੇ ਜਿਨ੍ਹਾਂ ਨੂੰ ਖਾਲੀ ਕਰਵਾਇਆ ਗਿਆ ਹੈ।